T20 World Cup ਇਸ ਟੀਮ ਇੰਡੀਆ ਅੱਜ ਅਫਗਾਨਿਸਤਾਨ ਦੇ ਨਾਲ ਅਹਿਮ ਮੁਕਾਬਲਾ ਖੇਡਣ ਜਾ ਰਹੀ ਹੈ ਅਬੂ ਧਾਬੀ ਦੇ ਵਿੱਚ ਹੋਣ ਵਾਲੀ ਇਸ ਮੁਕਾਬਲੇ ਵਿੱਚ ਭਾਰਤ ਅਫਗਾਨਿਸਤਾਨ ਨੂੰ ਵੱਡੇ ਫਰਕ ਨਾਲ ਹਰਾਉਣਾ ਬੇਹਜ਼ੂਰੀ ਹੈ ਆਪਣੇ ਸ਼ੁਰੂਆਤੀ ਦੋ ਮੈਚ ਹਾਰ ਚੁੱਕੀ ਟੀਮ ਇੰਡੀਆ ਦਾ ਸੈਮੀਫਾਈਨਲ ਦੀ ਰੇਸ ਵਿੱਚ ਬਣੇ ਰਹਿਣ ਦੇ ਲਈ ਅੱਜ ਦਾ ਇਹ ਮੈਚ ਜਿੱਤਣਾ ਜ਼ਰੂਰੀ ਹੈ ਅੱਜ ਦੇ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਜੰਮ ਕੇ ਪ੍ਰੈਕਟਿਸ ਵੀ ਕੀਤੀ तो दस दिए कि अहम मुकाबला है क्योंकि अपने पहले दो मैच है भारत पहला मैच जो पाकिस्तान के नाल होया फिर न्यूजीलैंड भी हार का सामना करना सो तो पोजे विचकार मैच बहुत अहम है तो इस वे फर्क न जितना भारतीय टीम बेहद जरूरी होएगा जो होगा तेमीफाइनलिफाई कर सकन और इसके टीम इंडिया ने अब मैच तो पहला जंप के प्रैक्टिस भी की थी।